ਤਾਂ ਦੱਸ ਦੇ ਕਿ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਸਲੂਨ ਵਾਲੀ ਕੁੜੀ ਨੂੰ ਇੱਕ ਟਰੱਕ ਦਰੜ ਜਾਂਦਾ ਹੈ ਤੇ ਕੁੜੀ ਦੇ ਉੱਤੋਂ ਦੀ ਉਸਦਾ ਟਾਇਰ ਲੰਘ ਜਾਂਦਾ ਹੈ ਤਾਂ ਮੌਕੇ ਤੇ ਹੀ ਇਸ 21 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀ ਸਲੂਨ ਦਾ ਕੰਮ ਕਰਦੀ ਸੀ ਤਾਂ ਉਸ ਸਮੇਂ ਜਦ ਇਹ ਸਲੂਨ ਤੇ ਜਾ ਰਹੀ ਸੀ ਇੱਕ ਟਰੱਕ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਟਰੱਕ ਦਾ ਟਾਇਰ ਜਿਹੜਾ ਲੜਕੀ ਦੇ ਉੱਤੋਂ ਦੀ ਲੰਘ ਜਾਂਦਾ ਹੈ ਤੇ ਮੌਕੇ ਤੇ ਹੀ ਕੁੜੀ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸੜਕ ਤੇ ਕਾਫੀ ਵੱਡਾ ਜਾਮ ਲੱਗ ਜਾਂਦਾ ਹੈ ਤੇ ਫਿਰ ਪੁਲਿਸ ਵੀ ਪਹੁੰਚਦੀ ਹੈ। ਤਾਂ ਪੁਲਿਸ ਦੇ ਵੱਲੋਂ ਇਸ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟ ਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸਾ ਦਸੂਹਾ ਦੇ ਵਿੱਚ ਹੋਇਆ ਜਿੱਥੇ ਸਲੂਨ ਵਾਲੀ ਕੁੜੀ ਦੀ ਇੱਕ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਹਾਲੇ ਉਮਰ ਇਸਦੀ ਸਿਰਫ 21 ਸਾਲ ਹੀ ਸੀ ਤਾਂ ਇਸੀ ਦੌਰਾਨ ਇੱਕ ਸੜਕ ਹਾਦਸੇ ਦੇ ਵਿੱਚ ਇਸਦੀ ਮੌਤ ਹੋ ਗਈ। ਤਾਂ ਜਦ ਇਹ ਸਕੂਟੀ 'ਤੇ ਬੈਠ ਕੇ ਜਾ ਰਹੀ ਹੁੰਦੀ ਹੈ ਤਾਂ ਇੱਕ ਟਰੱਕ ਦੇ ਵੱਲੋਂ ਇਸ ਨੂੰ ਦਰੜ ਦਿੱਤਾ ਜਾਂਦਾ ਹੈ ਤਾਂ ਇਹ ਟਰੱਕ ਇਸਦੇ ਉੱਪਰ ਦੀ ਹੀ ਲੰਘ ਜਾਂਦਾ ਹੈ ਜਿਸ ਕਾਰਨ ਇਸ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਹੁਣ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਤਾਂ ਇਸ ਟਰੱਕ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਤਾਂ ਇਹ ਵੱਡਾ ਹਾਦਸਾ ਹੋਇਆ ਜਿੱਥੇ ਇੱਕ 21 ਸਾਲਾਂ ਦੀ ਕੁੜੀ ਦੀ ਦਰਦਨਾਕ ਮੌਤ ਹੋ ਗਈ। ਦੇਖੋ ਜੀ, ਸਾਡੇ ਕੋਲ ਪ੍ਰਾਈਵੇਟ ਐਂਬੂਲੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ, ਅਨਨੋਨ ਪੇਸ਼ੈਂਟ ਸੀਗਾ, ਫੀਮੇਲ ਸੀਗੀ, ਯੰਗ ਏਜ ਸੀਗੀ, ਅਪਰੋਕਸੀਮੇਟਲੀ ਏਜ 20-30 ਦੇ ਵਿੱਚ ਸੀਗੀ ਉਹਦੀ ਏਜ। ਤਾਂ ਸਾਡੇ ਕੋਲ ਬਰੋਡ ਡੈਡ ਆਈ ਸੀਗੀ, ਤਾਂ ਕਹਿੰਦੇ ਹੈ ਕਿ ਉਹਦੇ ਟਰੱਕ ਦੇ ਨਾਲ ਟੱਕਰ ਵਗੈਰਾ ਹੋਈ ਹੈ, ਸਕੂਟੀ 'ਤੇ ਸੀਗੀ ਕੁੜੀ। ਤਾਂ ਸਾਡੇ ਕੋਲ ਬਰੋਡ ਡੈਡ ਆਈ ਹੈ ਤਾਂ ਅਸੀਂ ਅੱਗੇ PI ਭੇਜ ਦਿੱਤੀ ਹੋਈ ਹੈ। ਅਨਨੋਨ ਪੇਸ਼ੈਂਟ ਆ, ਸਾਨੂੰ ਨਹੀਂ ਪਤਾ ਕਿਸ ਏਰੀਏ ਦਾ ਰਹਿਣ ਵਾਲਾ, ਅਤੇ ਅਸੀਂ ਹੁਣ ਮੌਰਚੇ 'ਚ ਬੋਡੀ ਰਖਵਾ ਦਿੱਤੀ ਹੋਈ ਉਹਦੀ। ਤਾਂ ਜੋ ਵੀ ਉਹਦੀ ਅੱਗੋਂ ਇਨਫੋਰਮੇਸ਼ਨ ਹੋਏਗੀ, ਪੁਲਿਸ ਕਾਰਵਾਈ ਜੋ ਵੀ ਉਹ ਕਰਨਗੇ ਉਸ ਹਿਸਾਬ ਨਾਲ, ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੋਂ ਵੀ ਸਾਨੂੰ ਪਤਾ ਲੱਗਦਾ ਤਾਂ ਉਹ ਉਹਨਾਂ ਨੂੰ ਉਦੋਂ ਹੈਂਡਓਵਰ ਕਰ ਦਾਂਗੇ ਅਸੀਂ। ਉਹਦਾ ਬੇਸਿਕਲੀ ਪੋਸਟਮਾਰਟਮ ਜ਼ਰੂਰ ਉਹਦਾ ਹੋਏਗਾ। ਹੁਣ ਟਰੱਕ ਦਾ ਜਿਹਦੇ ਵਿੱਚ ਲੜਕੀ ਸੀ ਅੰਕਿਤਾ, ਡਾਟਰ ਆਫ ਮਨਜੀਤ ਸਿੰਘ, ਵਾਸੀ ਬੰਬਵਾਲ ਪਿੰਡ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ, ਉਮਰ ਕਰੀਬ 21 ਸਾਲ। ਉਹ ਆਪਣੇ ਸਲੂਨ ਵਿੱਚ ਕੰਮ ਕਰਦੀ ਸੀ, ਸਲੂਨ ਤੋਂ ਆਪਣੀ ਸਕੂਟਰੀ 'ਤੇ ਕਿਤੇ ਬਾਹਰ ਜਾ ਰਹੀ ਅਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਟਰੱਕ ਨਾਲ ਟਕਰਾਈ, ਜਿਸ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਹੋਸਪਿਟਲ ਡੈੱਡ ਬੋਡੀ ਪਹੁੰਚਾ ਦਿੱਤੀ ਗਈ ਹੈ, ਟਰੱਕ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਪੋਸਟਮਾਰਟਮ ਜੋ ਵੀ ਕਾਰਵਾਈ ਬਿਆਨਾਂ 'ਤੇ ਹੋਊਗੀ ਉਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਤਾਂ ਦੱਸ ਦਈਏ ਕਿ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਸਲੂਨ ਵਾਲੀ ਕੁੜੀ ਨੂੰ ਇੱਕ ਟਰੱਕ ਦਰੜ ਜਾਂਦਾ ਹੈ ਤੇ ਕੁੜੀ ਦੇ ਉੱਤੋਂ ਦੀ ਉਸਦਾ ਟਾਇਰ ਲੰਘ ਜਾਂਦਾ ਹੈ ਤਾਂ ਮੌਕੇ ਤੇ ਹੀ ਇਸ 21 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀ ਸਲੂਨ ਦਾ ਕੰਮ ਕਰਦੀ ਸੀ ਤਾਂ ਉਸ ਸਮੇਂ ਜਦ ਇਹ ਸਲੂਨ ਤੇ ਜਾ ਰਹੀ ਸੀ ਇੱਕ ਟਰੱਕ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਟਰੱਕ ਦਾ ਟਾਇਰ ਜਿਹੜਾ ਲੜਕੀ ਦੇ ਉੱਤੋਂ ਦੀ ਲੰਘ ਜਾਂਦਾ ਹੈ ਤੇ ਮੌਕੇ 'ਤੇ ਹੀ ਕੁੜੀ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸੜਕ 'ਤੇ ਕਾਫੀ ਵੱਡਾ ਜਾਮ ਲੱਗ ਜਾਂਦਾ ਹੈ ਤੇ ਫਿਰ ਪੁਲਿਸ ਵੀ ਪਹੁੰਚਦੀ ਹੈ। ਤਾਂ ਪੁਲਿਸ ਦੇ ਵੱਲੋਂ ਇਸਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟ ਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸਾ ਦਸੂਹਾ ਦੇ ਵਿੱਚ ਹੋਇਆ ਜਿੱਥੇ ਸਲੂਨ ਵਾਲੀ ਕੁੜੀ ਦੀ ਇੱਕ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਹਾਲੇ ਉਮਰ ਇਸਦੀ ਸਿਰਫ 21 ਸਾਲ ਹੀ ਸੀ ਤਾਂ ਇਸੀ ਦੌਰਾਨ ਇੱਕ ਸੜਕ ਹਾਦਸੇ ਦੇ ਵਿੱਚ ਇਸਦੀ ਮੌਤ ਹੋ ਗਈ। ਤਾਂ ਜਦ ਇਹ ਸਕੂਟੀ 'ਤੇ ਬੈਠ ਕੇ ਜਾ ਰਹੀ ਹੁੰਦੀ ਹੈ ਤਾਂ ਇੱਕ ਟਰੱਕ ਦੇ ਵੱਲੋਂ ਇਸ ਨੂੰ ਦਰੜ ਦਿੱਤਾ ਜਾਂਦਾ ਹੈ ਤਾਂ ਇਹ ਟਰੱਕ ਇਸਦੇ ਉੱਪਰ ਦੀ ਹੀ ਲੰਘ ਜਾਂਦਾ ਹੈ ਜਿਸ ਕਾਰਨ ਇਸ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਹੁਣ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਤਾਂ ਇਸ ਟਰੱਕ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਤਾਂ ਇਹ ਵੱਡਾ ਹਾਦਸਾ ਹੋਇਆ ਜਿੱਥੇ ਇੱਕ 21 ਸਾਲਾਂ ਦੀ ਕੁੜੀ ਦੀ ਦਰਦਨਾਕ ਮੌਤ ਹੋ ਗਈ। ਦੇਖੋ ਜੀ, ਸਾਡੇ ਕੋਲ ਪ੍ਰਾਈਵੇਟ ਐਂਬੂਲੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ, ਅਨਨੋਨ ਪੇਸ਼ੈਂਟ ਸੀਗਾ, ਫੀਮੇਲ ਸੀਗੀ, ਯੰਗ ਏਜ ਸੀਗੀ,
ਅਪਰੋਕਸੀਮੇਟਲੀ ਏਜ 20-30 ਦੇ ਵਿੱਚ ਸੀਗੀ ਉਹਦੀ ਏਜ, ਤਾਂ ਸਾਡੇ ਕੋਲ ਬਰੋਡ ਡੈਡ ਆਈ ਸੀਗੀ, ਤਾਂ ਕਹਿੰਦੇ ਆ ਕਿ ਉਹਦੇ ਟਰੱਕ ਦੇ ਨਾਲ ਟੱਕਰ ਵਗੈਰਾ ਹੋਈ ਹੈ, ਸਕੂਟੀ 'ਤੇ ਸੀਗੀ ਕੁੜੀ, ਤਾਂ ਸਾਡੇ ਕੋਲ ਬਰੋਡ ਡੈਡ ਆਈ ਹੈ ਤਾਂ ਅਸੀਂ ਅੱਗੇ PI ਭੇਜ ਦਿੱਤੀ ਹੋਈ ਹੈ, ਅਨਨੋਨ ਪੇਸ਼ੈਂਟ ਆ, ਸਾਨੂੰ ਨਹੀਂ ਪਤਾ ਕਿਸ ਏਰੀਏ ਦਾ ਰਹਿਣ ਵਾਲਾ, ਅਤੇ ਅਸੀਂ ਹੁਣ ਮੋਰਚੇ 'ਚ ਬੋਡੀ ਰਖਵਾ ਦਿੱਤੀ ਹੋਈ ਉਹਦੀ, ਤਾਂ ਜੋ ਵੀ ਉਹਦੀ ਅੱਗੋਂ ਇਨਫੋਰਮੇਸ਼ਨ ਹੋਏਗੀ ਪੁਲਿਸ ਕਾਰਵਾਈ ਜੋ ਵੀ ਉਹ ਕਰਨਗੇ ਉਸ ਹਿਸਾਬ ਨਾਲ, ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੋਂ ਵੀ ਸਾਨੂੰ ਪਤਾ ਲੱਗਦਾ ਤਾਂ ਉਹ ਉਹਨਾਂ ਨੂੰ ਉਦੋਂ ਹੈਂਡਓਵਰ ਕਰ ਦਾਂਗੇ ਅਸੀਂ, ਉਹਦਾ ਬੇਸਿਕਲੀ ਪੋਸਟਮਾਰਟਮ ਜ਼ਰੂਰ ਉਹਦਾ ਹੋਏਗਾ। ਹੁਣ ਟਰੱਕ ਦਾ ਜਿਹਦੇ ਵਿੱਚ ਲੜਕੀ ਸੀ ਅੰਕਿਤਾ ਡਾਟਰ ਆਫ ਮਨਜੀਤ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ, ਉਮਰ ਕਰੀਬ 21 ਸਾਲ, ਉਹ ਆਪਣੇ ਸਲੂਨ ਵਿੱਚ ਕੰਮ ਕਰਦੀ ਸੀ, ਸਲੂਨ ਤੋਂ ਆਪਣੀ ਸਕੂਟਰੀ 'ਤੇ ਕਿਤੇ ਬਾਹਰ ਜਾ ਰਹੀ ਅਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਟਰੱਕ ਨਾਲ ਟਕਰਾਈ, ਜਿਸ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਹੋਸਪਿਟਲ ਡੈੱਡ ਬੋਡੀ ਪਜਾ ਦਿੱਤੀ ਗਈ ਹੈ, ਟਰੱਕ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ, ਬਾਅਦ ਪੋਸਟਮਾਰਟਮ ਜੋ ਵੀ ਕਾਰਵਾਈ ਬਿਆਨਾਂ 'ਤੇ ਹੋਊਗੀ ਉਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।